ਦਸ ਦਿਨ ਬਾਅਦ ਤਾਂ ਨੀ ਅਸਰ ਹੋਇਆ ਹੁਣ ਅਸਰ ਹੈ ਹੀ ਨਹੀਂ ਸਰ ਤਾਂ ਮਾਣ ਹੋਣੀ ਬਾਕੀਆਂ ਨੂੰ ਫਿਰ ਮੰਗ ਮੰਗ ਕੇ ਉਹੀ ਸੀ ਤੁਹਾਡੇ ਕੋਈ ਕਾਰਵਾਈ ਨਹੀਂ, ਕੋਈ ਦੋਸ਼ ਨਹੀਂ, ਡਰੋ ਨਾ। ਜਿਹੜੇ ਦੇਖੋ ਗੱਲ ਇਹ ਹੈ ਵੀ ਜਿਹੜੇ ਵਿਚਾਰੇ ਦੀ ਜਾਨ ਗਈ ਹੈ ਉਹਨਾਂ ਨੂੰ ਵੀ ਨਿਆਂ ਦਵਾਉਣਾ ਹੈਗਾ, ਠੀਕ ਹੈ। ਜੇ ਤੁਸੀਂ ਬੋਲੋਗੇ ਤਾਂ ਹੀ ਉਹਨਾਂ ਨੂੰ ਚਾਹੇ ਕੋਈ ਹੱਕ ਮਿਲੂ, ਉਹਨਾਂ ਨੂੰ ਕੋਈ ਸਰਕਾਰ ਵੱਲੋਂ ਉਹ ਮਿਲੂਗੀ ਮਦਦ। ਜੇ ਤੁਸੀਂ ਐਂ ਡਰ ਕੇ ਰਹੇ ਫਿਰ ਉਹਨਾਂ ਨੂੰ ਕੁਛ ਨਹੀਂ, ਸਰਕਾਰ ਕਿਸੇ ਨੂੰ ਦਵਾਰ ਨਹੀਂ ਹੈਗੀ, ਠੀਕ ਹੈ ਨਾ। ਹੌਸਲਾ ਰੱਖੋ, ਗੱਲ ਹੈ ਤੁਹਾਡਾ ਕੋਈ ਕਸੂਰ ਨਹੀਂ। ਜਿਹੜਾ ਸਰਕਾਰ ਦੇ ਨੱਕ ਥੱਲੇ ਜਿਹੜੇ ਦੋ ਨੰਬਰ ਦੀ ਸ਼ਰਾਬ ਵਿਕ ਰਹੀ ਹੈ ਉਹਦਾ ਸਰਕਾਰ ਦੇ ਮੁਲਾਜ਼ਮ ਜ਼ਿੰਮੇਵਾਰ ਨੇ ਜਾਂ ਪੁਲਿਸ ਜ਼ਿੰਮੇਵਾਰ ਹੈ ਜਾਂ ਐਕਸਾਈਜ਼ ਡਿਪਾਰਟਮੈਂਟ ਜ਼ਿੰਮੇਵਾਰ ਹੈ। ਸਮਾਂ ਤੁਹਾਨੂੰ ਵੀ ਤੁਹਾਡੇ ਵੀ ਤਾਂ ਤੁਹਾਨੂੰ ਵੀ ਤਾਂ ਐਡਮਿਟ ਕਰਾਉਣਾ ਪਿਆ, ਤੁਹਾਨੂੰ ਵੀ ਮੁਆਵਜ਼ਾ ਦਵਾਵਾਂਗੇ ਕਹਿ ਕੇ, ਤੁਹਾਡਾ ਵੀ ਹੱਥ ਬਣਦਾ ਮੁਆਵਜ਼ੇ ਦਾ। ਜਿਹੜੇ ਘਰਾਂ ਦੇ ਵਿਚਾਰੇ ਵਿੱਚ ਰਾਗੀ ਬੁੱਝ ਕੇ ਉਹਨਾਂ ਦਾ ਕੀ ਬਣੂਗਾ, ਗਰੀਬ ਪਰਿਵਾਰ ਚੋਂ ਜਾਂਦੇ ਨੇ, ਤੁਹਾਡਾ ਮੁਆਵਜ਼ੇ ਦਾ ਹੱਕ ਬਣਦਾ, ਤੁਹਾਨੂੰ ਹੱਕ ਤੁਹਾਡੀ ਮਦਦ ਕਰਾਵਾਂਗੇ, ਠੀਕ ਹੈ ਨਾ। ਮੁਲਾਜ਼ਮ ਉਹੀ ਗਏ ਨੇ, ਉਹਨੂੰ ਕਹਿ ਕੇ ਵੀ ਤੁਸੀਂ ਨਾ ਕੁਛ ਬਿਆਨ ਦੇ ਦਿਓ ਜਾਂ ਕੁਛ ਹੋਰ ਨਾ ਕਰ ਦਿਓ, ਤੁਸੀਂ ਕਰੋਗੇ ਜੇ ਤੁਸੀਂ ਸਹੀ ਦੱਸੋਗੇ ਸੱਚ ਦੱਸਿਓ ਬਸ, ਤਾਂ ਵਿਚਾਰੇ ਜਿਹੜੇ ਮਰੇ ਨੇ ਉਹਨਾਂ ਨੂੰ ਵੀ ਮੁਆਵਜ਼ਾ ਮਿਲੂਗਾ, ਤੁਹਾਨੂੰ ਵੀ ਮਿਲੂਗਾ, ਤੁਹਾਡੀ ਮਦਦ ਹੋ ਜੂ ਉਹਨਾਂ ਦੇ ਘਰ ਰਹਿਣਗੇ, ਨਾਲੇ ਮੁਲਾਜ਼ਮ ਜਿਹੜਾ ਬੰਦੇ ਨੇ ਗਲਤ ਕੀਤਾ ਉਹਦੇ ਘਰ ਨਹੀਂ ਬਣਨਾ, ਠੀਕ ਹੈ ਨਾ, ਠੀਕ ਹੈ। ਕਈ ਵਾਰ ਵਿਚਾਰੇ ਨੂੰ ਲੋੜ ਪੈ ਜਾਣੀ, ਫੋਨ ਤਾਂ ਕਰ ਲੈਣਗੇ, ਅਗਲੇ ਕਹਿਣਗੇ ਸਾਨੂੰ ਕਹਿ ਕੇ ਸਾਨੂੰ ਹੁਣ ਲੱਭ ਨਹੀਂ ਰਹੇ, ਦੋਨਾਂ ਨੂੰ ਨੰਬਰ ਦੇ ਚੱਲ ਕੋਈ ਨੀ, ਤੁਸੀਂ ਹੌਸਲਾ ਰੱਖੋ, ਤੁਹਾਡੇ ਨਾਲ ਹੈ ਸਾਰੇ, ਜਿਹੜਾ ਕੋਈ ਜਿਹੜੇ ਜਿਹੜਾ ਕੋਈ ਦੋਸ਼ੀ ਆ ਉਹਦੇ ਖਿਲਾਫ ਠੋਕ ਕੇ ਦਿਓ, ਠੀਕ ਹੈ ਨਾ, ਠੀਕ। ਕੀ ਦਾਰੂ ਪੀਤੀ ਸੀ, ਕੀ ਮੁੱਟਿਆ ਸੀ, ਕਿਹੜੀ ਪੀਤੀ ਸੀ ਦਾਰੂ, ਕਿਹੜੀ ਦਾਰੂ ਪੀਤੀ ਸੀ? ਮੈਂ ਚਾਰ ਕੁ ਦਿਨ ਪਹਿਲਾਂ ਤਾਂ ਹੋਈ ਪੀਤੀ ਸੀ ਕਾਲੇ ਡਾਟੇ ਵਾਲੀ, ਅਤੇ ਚਾਰ ਕੁ ਦਿਨਾਂ ਬਾਅਦ ਆਹ ਹੁਣ ਮੈਂ ਚਾਰ ਕੁ ਦਿਨ ਇੰਗਲਿਸ਼ ਪੀਂਦਾ ਰਿਹਾ, ਠੀਕ ਹੈ। ਪੰਜਾਬ ਦੀ ਸੀ ਕਿ ਹਰਿਆਣੇ ਦੀ ਸੀ? ਉਹ ਤਾਂ ਹਰਿਆਣੇ ਵਾਲੀ ਹੀ ਰਹਿੰਦੇ ਸੀ। ਬੰਦਾ ਕੌਣ ਦੇਖੇ, ਪਿੰਡ ਵਾਲੀ ਦੇਖੇ ਗਿਆ ਸੀ, ਹਰਿਆਣੇ ਵਾਲੀ ਸੀ, ਪੰਜਾਬ ਵਾਲੀ ਸੀ, ਹਰਿਆਣੇ ਹਰਿਆਣੇ ਦੀ, ਅੱਛਾ।
ਕਦੋਂ ਤੋਂ ਦੇ ਰਹੇ ਨੇ? ਕਦੋਂ ਤੋਂ ਵੇਚਦੇ ਨੇ? ਸਾਲ ਭਰ? ਅੱਛਾ, ਕੀ ਕੰਮ ਕਰਦੇ ਹੋ? ਕਿੰਨੇ ਦੀ ਬੋਤਲ ਮਿਲਦੀ ਸੀਗੀ ਬਾਹਰੋਂ? ਕਿੰਨੇ ਦੀ ਸੀਗੀ? 150 ਦੀ। ਸਸਤੀ ਕਿਹਦੇ ਚੱਕਰ 'ਚ ਲੈਤੀ ਸੀ? ਸਸਤੀ ਦੇ ਚੱਕਰ 'ਚ ਖਰੀਦਦੇ ਸੀਗੇ। ਨੰਬਰ ਸਾਨੂੰ ਫੋਨ ਕਰ, ਕਿਸੇ ਨੂੰ ਵੀ ਚੀਜ਼ ਦੀ ਲੋੜ ਹੋਵੇ ਨਾ ਦੱਸ ਦਿਓ। ਅਤੇ ਸਾਹਮਣੇ ਕਿੱਥੋਂ ਤਾਂ ਹੁਣ ਤੂੰ ਹਜੇ ਠੀਕ ਨਹੀਂ ਹੈਗਾ, ਤੂੰ ਆਰਾਮ ਕਰ ਥੋੜ੍ਹਾ ਜਿਹਾ, ਠੀਕ ਹੈ।